ਮੈਨੂੰ ਨਹੀਂ ਲੱਗਦਾ ਕਿ ਬ੍ਰੇਕ ਲੈਣਾ ਚਾਹੀਦਾ ਕੰਮ ਕਰਨਾ ਹੀ ਚਾਹੀਦਾ ਕਿਉਂਕਿ ਬੀਜ਼ੀ ਰਹਿਣਾ ਸਭ ਤੋਂ ਵਧੀਆ ਚੀਜ਼ ਆ ਅੱਜ ਦੇ ਟਾਈਮ ਦੇ ਵਿੱਚ ਹਨਾ ਜਦੋਂ ਤੁਸੀਂ ਫ੍ਰੀ ਰਹਿ ਜਾਂ ਰਹੇ ਹੋ ਉਦੋਂ ਹੀ ਸਾਰਾ ਕੁਝ ਤੁਹਾਨੂੰ ਫੇਸ ਕਰਨਾ ਪੈਂਦਾ ਹੈ ਬਿਮਾਰੀਆਂ ਡਿਪਰੈਸ਼ਨ ਜਾਂ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਔਰ ਇਹ ਕਹਿ ਸਕਦੇ ਆ ਇੱਕ ਕਾਮਯਾਬ ਔਰਤ ਦੇ ਪਿੱਛੇ ਇੱਕ ਮਰਦ ਦਾ ਹੱਥ ਹੁੰਦਾ ਬਿਲਕੁਲ ਹੁੰਦਾ ਜਦੋਂ ਇੱਕ ਮਰਦ ਦੇ ਪਿੱਛੇ ਆਪਾਂ ਕਹਿ ਸਕਦੇ ਆ ਤਾਂ ਫਿਰ ਔਰਤ ਦੇ ਪਿੱਛੇ ਕਿਉਂ ਨਹੀਂ ਹੋਏਗਾ ਮੈਨੂੰ ਮਤਲਬ ਮੇਰੇ ਘਰ ਚੋਂ ਕੱਢਣ ਵਾਲੇ ਸਮੀਰ ਨੇ ਜਦੋਂ ਮੈਂ ਪਹਿਲੀ ਵਾਰੀ ਚੰਡੀਗੜ੍ਹ ਆਈ ਸੀ ਤੇ ਇਸ ਲਾਈਨ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਸਮੀਰ ਵੱਲੋਂ ਮਤਲਬ ਹਾਲਾਂਕਿ ਹੈ ਮੇਰੇ ਤੋਂ ਛੋਟੇ ਕੰਮ ਜ਼ਿਆਦਾ ਮੈਂ ਕੀਤਾ ਬਟ ਐਕਸਪੀਰੀਅੰਸ ਵਾਈਜ਼ ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਵੀ ਇਦਾਂ ਨਹੀਂ ਆ ਚੀਜ਼ ਇਦਾਂ ਕਰਨੀ ਆ ਚੀਜ਼ ਇਦਾਂ ਕਰਨੀ ਇਵਨ ਮੈਂ ਮੈਨੂੰ ਜਦੋਂ ਕੋਈ ਵੀ ਕਾਲ ਆਉਂਦੀ ਹੈ ਕੋਈ ਮੂਵੀ ਲਈ ਕੋਈ ਗਾਣੇ ਲਈ ਨਾ ਹਮੇਸ਼ਾ ਅਗਲੇ ਨੂੰ ਬੋਲਡ ਤੇ ਰੱਖ ਕੇ ਸਮੀਰ ਨਾਲ ਗੱਲ ਕਰਦੀ ਆ ਇਦਾਂ ਦਾ ਕਰਕੇ ਹੋਇਆ ਆਪਾਂ ਕਰਨਾ ਆਪਾਂ ਕੀ ਕਰਨਾ ਸੋ ਮੈਂ ਮੰਨਦੀ ਆ ਕਿ ਮੇਰੀ ਕਾਮਯਾਬੀ ਦੇ ਪਿੱਛੇ ਸਮੀਰ ਦਾ ਹੱਥ ਹੈ। ਕੋਈ ਵਾਰੀ ਮੈਂ ਸਵੇਰ ਮਾਰਨਿੰਗ 4 ਵਜੇ ਜਾਣਾ ਹੁੰਦਾ ਤਾਂ ਮੈਨੂੰ ਉੱਠ ਕੇ ਪੁੱਛਣਗੇ ਚਾਹ ਬਣਾਦਾ ਨੀਸ਼ਾ ਤੇਰੇ ਲਈ। ਬ੍ਰੇਕਫਾਸਟ ਪਰੌਠੇ ਲਾ ਦਾਂ ਤੇਰੇ ਲਈ। ਉਹਨਾਂ ਨੂੰ ਮੈਂ ਫਿਰ ਸਮਝਾਉਣੀ ਆ ਮੰਮੀ ਮੈਂ ਜਿੱਥੇ ਸ਼ੂਟ ਤੇ ਜਾ ਰਹੀ ਆ ਉੱਥੇ ਸਾਡੇ ਲਈ ਸਾਰਾ ਕੁਝ ਹੁੰਦਾ। ਸਾਡੇ ਲਈ ਬ੍ਰੇਕਫਾਸਟ ਬਣਿਆ ਹੁੰਦਾ ਸਾਨੂੰ ਪੁੱਛਦੇ ਨਹੀਂ ਤੁਸੀਂ ਖਾਣਾ ਕੀ ਆ। ਫਿਰ ਵੀ ਕਿਤੇ ਨਾ ਕਿਤੇ ਉਹ ਇਸ ਚੀਜ਼ਾਂ ਨੂੰ ਟੈਨਸ਼ਨ ਦੇ ਵਿੱਚ ਹੀ ਰਹਿੰਦੇ ਨੇ ਹਨਾ ਤੇ ਜਦੋਂ ਮੈਂ ਜਾਨੀ ਆ ਵਾਪਸ ਮੈਂ ਜਿੰਨਾ ਮਰਜ਼ੀ ਖਾ ਪੀ ਕੇ ਜਾਵਾਂ ਫਿਰ ਵੀ ਉਹਨਾਂ ਨੂੰ ਹੁੰਦਾ ਚਲ ਦੋ ਉੱਥੇ ਤੱਕ ਹਾਈ ਕਰ ਦੀ ਚਾਹ ਬਣਾ ਦੇਨੀ ਆ ਤੇਰੇ ਲਈ ਘਰ ਦੀ ਰੋਟੀ ਬਣਾ ਦੇਨੀ ਆ ਤੇਰੇ ਲਈ ਆ ਬਣਾ ਦੇਨੀ ਆ ਤੇ ਮਤਲਬ ਮੈਂ ਲੱਖੀ ਆ ਕਿ ਜਿਵੇਂ ਦੀ ਮੇਰੀ ਮਦਰ ਸੀ ਉਵੇਂ ਦੀ ਹੀ ਮੇਰੀ ਮਦਰ ਇਨ ਲਾਉ ਮੈਨੂੰ ਮਿਲੀ ਆ ਹਾਈਲੈਂਡ ਕਰੈਕਟਰ ਮੈਂ ਕਦੇ ਨਹੀਂ ਚਾਇਆ ਮੈਂ ਕਰਾ ਬਿਕੋਜ਼ ਮੈਨੂੰ ਲੱਗਦਾ ਹੁੰਦਾ ਮੈਂ ਚੁੱਪੜੀ ਰਹਿ ਸਕਦੀ ਮੇਰੇ ਲਈ ਉਹ ਥੋੜਾ ਟਫ ਆ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਕਿ ਜਿਹੜੇ ਤੁਹਾਡੀ ਕਾਬਲੀਅਤ ਦੇ ਉੱਪਰ ਬਲੀਵ ਨਹੀਂ ਕਰਦੇ ਬਟ ਜਦੋਂ ਕੋਈ ਹੋਰ ਉਹ ਚੀਜ਼ ਕਰਦਾ ਜਦੋਂ ਤੁਸੀਂ ਉੱਪਰ ਜਾਂਦੇ ਹੋ ਫੇਰ ਉਹ ਤੁਹਾਨੂੰ ਆ ਕੇ ਕਹਿੰਦੇ ਵੀ ਹਾਂ ਮੈਂ ਤੈਨੂੰ ਪਹਿਲੀ ਕਿਹਾ ਸੀ ਨਾ ਵੀ ਤੂੰ ਇਦਾਂ ਇਦਾਂ ਕਰਕੇ ਕਰਨਾ ਉਹ ਚੀਜ਼ਾਂ ਮੈਂ ਹੁਣ ਤੱਕ ਫੇਸ ਕਰ ਰਹੀ ਹਾਂ ਇਹ ਲੈ ਕੇ ਆ ਸ਼ਾਂਤੀ ਦਾ ਡੋਲੂ ਇਹ ਚਿਕਨ ਦਾ ਭਰ ਕੇ ਲੈ ਕੇ ਆਈ ਸੀਗੀ ਸਵੇਰ 8 ਵਜੇ ਮੈਂ ਉੱઠી ਮੈਂ ਸਾਰਿਆਂ ਲਈ ਚਿਕਨ ਬਣਾਇਆ 11 ਵਜੇ ਦਾ ਮੇਰਾ ਕਾਲ ਟਾਈਮ ਸੀ ਤੇ ਹੁਣ ਇਹ ਸਾਰਾ ਖਾ ਕੇ ਖਾਲੀ ਕਰਕੇ ਮੈਨੂੰ ਬਾਕੀਆਂ ਨੇ ਭੇਜਿਆ ਮੈਂ ਹਲੇ ਇਹਦੇ ਵਿੱਚ ਕੁਝ ਨਹੀਂ ਖਾਂਦਾ ਦੂਜੀ ਵਾਰੀ ਪਿਆਰ ਹੋਇਆ ਮੂਵੀ ਦਾ ਨਾਮ ਹੈ ਤੇ ਮੈਂ ਇਹਦੇ ਵਿੱਚ ਬੱਚਿਆਂ ਦੀ ਡਾਕਟਰ ਬਣੀ ਹੋਈ ਆ ਓਕੇ ਤੇ ਵਧੀਆ ਕਰੈਕਟਰ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਮੈਂ ਜਸਵਿੰਦਰ ਕੌਰ ਔਰ ਤੁਸੀਂ ਦੇਖ ਰਹੇ ਹੋ ਸਨੇ ਪੰਜਾਬੀ ਸੋ ਤੁਸੀਂ ਦੇਖ ਹੀ ਰਹੇ ਹੋਗੇ ਸ਼ਾਇਦ ਅਸੀਂ ਬੜੀ ਸਪੈਸ਼ਲ ਜੀ ਜਗ੍ਹਾ ਤੇ ਮੌਜੂਦ ਆ ਔਰ ਸਾਡੇ ਨਾਲ ਬੜੇ ਹੀ ਸਪੈਸ਼ਲ ਗੈਸਟ ਵੀ ਨੇ ਜਿਨ੍ਹਾਂ ਦੀ ਆਵਾਜ਼ ਜਿਨ੍ਹਾਂ ਦਾ ਸਟਾਈਲ ਔਰ ਮਲਟੀ ਟੈਲੈਂਟਡ ਉਹਨਾਂ ਦਾ ਹੋਣਾ ਫੈਨਸ ਦੇ ਵਿੱਚ ਉਹਨਾਂ ਦੀ ਵੱਖਰੀ ਪਹਿਚਾਨ ਬਣਾਉਂਦਾ ਹੈ ਸੋ ਹੁਣ ਉਹ ਕਿਹੜਾ ਕਿਰਦਾਰ ਕਰਨ ਵਾਲੇ ਨੇ ਔਰ ਪੰਜਾਬੀ ਸਿਨੇਮਾ ਦੇ ਵਿੱਚ ਕੀ ਵੱਖਰਾ ਲੈ ਕੇ ਆਉਣ ਵਾਲੇ ਨੇ ਗੱਲਬਾਤ ਕਰਦੇ ਆਪਾਂ ਨੀਸ਼ਾ ਬਾਨੋ ਦੇ ਨਾਲ ਬਹੁਤ-ਬਹੁਤ ਸਵਾਗਤ ਹੈ ਮੈਮ ਥੈਂਕ ਯੂ ਜੀ ਸਭ ਤੋਂ ਪਹਿਲਾਂ ਬਹੁਤ ਪਿਆਰੀ ਲੱਗ ਰਹੀ ਹੋ ਥੈਂਕ ਯੂ so much ਲੱਗ ਰਿਹਾ ਕਾਫੀ weight lose ਕੀਤਾ ਹੈ ਹਾਂਜੀ ਕਿਸੇ ਕਰੈਕਟਰ ਲਈ ਜਾਂ ਵੈਸੇ ਹੀ ਨਹੀਂ ਵੈਸੇ ਹੀ ਬਸ ਥੋੜਾ ਜਿਹਾ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਜ਼ਿਆਦਾ ਹੀ ਗੋਲ ਗੱਪਾ ਜੀ ਲੱਗਣ ਲੱਗੀ ਤੇ ਹੁਣ ਥੋੜਾ ਘਟਾਇਆ ਜਾਵੇ ਪਰ ਤੁਹਾਡਾ ਗੋਲ ਗੱਪਾ ਹੋਣਾ ਸ਼ਾਇਦ ਤੁਹਾਡੇ ਫੈਨਸ ਨੂੰ ਜ਼ਿਆਦਾ ਪਸੰਦ ਆਇਆ ਹੋਵੇ ਕੋਈ ਗੱਲ ਨਹੀਂ ਫਿਰ ਤੋਂ ਹੋ ਜਾਣਗੇ ਸੋ ਹੁਣ ਤੁਸੀਂ ਸ਼ੂਟ ਕਰ ਰਹੇ ਹੋ ਸੋ ਇਸ ਦੇ ਵਿੱਚ ਕਿਹੜਾ ਕੈਰੈਕਟਰ ਹੈ ਔਰ ਕੀ ਸਪੈਸ਼ਲ ਹੈ ਦੂਜੀ ਵਾਰੀ ਪਿਆਰ ਹੋਇਆ ਮੂਵੀ ਦਾ ਨਾਮ ਹੈ ਤੇ ਮੈਂ ਇਹਦੇ ਵਿੱਚ ਬੱਚਿਆਂ ਦੀ ਡਾਕਟਰ ਬਣੀ ਹੋਈ ਆ ਓਕੇ ਤੇ ਵਧੀਆ ਕੈਰੈਕਟਰ ਹੈ ਮੈਮ ਜਿਹੜਾ ਤੁਹਾਡਾ ਬੋਲਣ ਦਾ ਲਿਹਾਜ਼ ਮਤਲਬ ਲੈਜ਼ਾ ਹੈ ਨਾ ਉਹਦੇ ਵਿੱਚ ਨਾ ਐਦਾਂ ਹੈ ਕਿ ਇੱਕ ਇੱਕ ਵਰਡ ਤੇ ਪ੍ਰੋਪਰ ਵਜ਼ਨ ਦਿੱਤਾ ਜਾਂਦਾ ਸੋ ਇਹਦੇ ਚ ਇੰਪਰੋਵਾਈਜ਼ੇਸ਼ਨ ਕੀਤੀ ਹੈ ਜਾਂ ਸ਼ੁਰੂ ਤੋਂ ਐਦਾਂ ਹੀ ਹੈ ਨਹੀਂ ਮੈਂ ਐਕਚੁਅਲੀ ਬੋਲਦੀ ਐਦਾਂ ਮੈਂ ਜਦੋਂ ਨਾਰਮਲ ਗੱਲ ਕਰਦੀ ਆ ਉਦੋਂ ਵੀ ਮੈਂ ਐਦਾਂ ਹੀ ਕਰਦੀ ਆ ਮੈਂ ਜਦੋਂ ਐਕਟਿੰਗ ਕਰਦੀ ਆ ਉਦੋਂ ਵੀ ਐਦਾਂ ਹੀ ਕਰਦੀ ਆ ਸੋ ਹੁਣ ਕਿਸ ਤਰ੍ਹਾਂ ਦਾ ਲੈਵਲ ਚੱਲ ਰਿਹਾ ਐਕਟਿੰਗ ਨੂੰ ਲੈ ਕੇ ਤੁਹਾਡੀ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕਿਸ ਤਰ੍ਹਾਂ ਦੇ ਐਕਸਪੀਰੀਐਂਸੇਸ ਹੋ ਰਿਹਾ ਇਸ ਟਾਈਮ ਗੁੱਡ ਬਹੁਤ ਵਧੀਆ ਦੇਖੋ ਪਰਸਨਲ ਲਾਈਫ ਦੀ ਗੱਲ ਕਰਾਂ ਤਾਂ ਸਮ ਟਾਈਮ ਤੁਹਾਨੂੰ ਲੱਗਦਾ ਜਦੋਂ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ ਕਿ ਹੁਣ ਤੁਹਾਨੂੰ ਬ੍ਰੇਕ ਚਾਹੀਦਾ ਤੁਹਾਡੀ ਫੈਮਿਲੀ ਕੋਲੇ ਪਰ ਜਦੋਂ ਇੱਕ ਆਰਟਿਸਟ ਬਹੁਤ ਟਾਈਮ ਘਰ ਬੈਠਾ ਰਹਿੰਦਾ ਫਿਰ ਉਹ ਬੋਰ ਹੋਣ ਲੱਗ ਜਾਂਦਾ ਫਿਰ ਉਹਨੂੰ ਲੱਗਦਾ ਨਹੀਂ ਹੁਣ ਮੈਨੂੰ ਕੰਮ ਕਰਨਾ ਚਾਹੀਦਾ ਬਟ ਮੇਰਾ ਟੈਚੂਰ ਠੀਕ ਚੱਲ ਰਿਹਾ ਵੀ ਬ੍ਰੇਕ ਵੀ ਮਿਲ ਰਿਹਾ ਫੈਮਿਲੀ ਨੂੰ ਟਾਈਮ ਵੀ ਨਾਲ ਨਾਲ ਮੇਰਾ ਵਰਕ ਵੀ ਚੱਲ ਰਿਹਾ ਐਜ਼ ਅਨ ਪੈਸ਼ਨੇਟ ਐਕਟਰੈਸ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਆਰਟਿਸਟ ਨੂੰ ਆਪਣੇ ਆਪ ਨੂੰ ਦੁਬਾਰਾ ਤੋਂ ਇੰਪਰੂਵ ਕਰਨ ਲਈ ਕਿੰਨਾ ਕੁ ਬ੍ਰੇਕ ਲੈਣਾ ਜ਼ਰੂਰੀ ਹੈ ਔਰ ਉਸ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਹੈ ਕਿ ਫਿਰ ਬੰਦਾ ਸੋਚਣ ਲੱਗ ਜਾਂਦਾ ਹੈ ਕਿ ਉਹਦੇ ਅੰਦਰ ਕੁਝ ਡਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹੈ ਕਿ ਕਮਬੈਕ ਕਰਨਾ ਈਜ਼ੀ ਨਹੀਂ ਹੋਊਗਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਬ੍ਰੇਕ ਲੈਣਾ ਚਾਹੀਦਾ ਕੰਮ ਕਰਨਾ ਹੀ ਚਾਹੀਦਾ ਕਿਉਂਕਿ ਬੀਜ਼ੀ ਰਹਿਣਾ ਸਭ ਤੋਂ ਵਧੀਆ ਚੀਜ਼ ਆ ਅੱਜ ਦੇ ਟਾਈਮ ਦੇ ਵਿੱਚ ਹਨਾ ਜਦੋਂ ਤੁਸੀਂ ਫ੍ਰੀ ਰਹਿ ਜਾਂ ਰਹੇ ਹੋ ਉਦੋਂ ਹੀ ਸਾਰਾ ਕੁਝ ਤੁਹਾਨੂੰ ਫੇਸ ਕਰਨਾ ਪੈਂਦਾ ਹੈ ਬਿਮਾਰੀਆਂ ਡਿਪਰੈਸ਼ਨ ਜਾਂ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਹੈ ਬੀਜ਼ੀ ਰੋ ਬਟ ਸਮ ਟਾਈਮਸ ਤੁਹਾਨੂੰ ਰਿਲੈਕਸ ਹੋਣ ਲਈ ਆਪਣੀ ਫੈਮਿਲੀ ਨੂੰ ਟਾਈਮ ਦੇਣਾ ਜ਼ਰੂਰੀ ਹੈ ਕੰਮ ਕਰ ਕਰਕੇ ਵੀ ਕਿਤੇ ਪਾਗਲ ਨਾ ਹੋ ਜਾਓ ਇਹ ਵੀ ਗੱਲ ਬਿਲਕੁਲ ਸਹੀ ਆ ਪਰ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਐਕਸਪੀਰੀਅੰਸ ਦੇ ਨਾਲ ਆਉਂਦਾ ਹੈ ਕਿਉਂਕਿ ਇੱਕ ਟਾਈਮ ਤੇ ਅਸੀਂ ਇੰਨੇ ਪੈਸ਼ਨੇਟ ਹੁੰਨੇ ਆ ਸਾਨੂੰ ਸਿਰਫ ਕੰਮ ਹੀ ਦਿਖਦਾ ਹੁੰਦਾ ਹੈ ਅ ਕਹਿ ਸਕਦੇ ਆ ਉਹ ਜ਼ਰੂਰੀ ਆ ਕਿਉਂਕਿ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਥੋੜੀ ਸਪੀਡ ਦਿਖਾਉਣੇ ਹੋ ਫਿਰ ਹੀ ਤੁਸੀਂ ਜਾ ਕੇ ਅੱਗੇ ਚੰਗਾ ਕਰ ਪਾਉਣੇ ਹੋ ਹਨ ਜੇ ਤੁਸੀਂ ਸ਼ੁਰੂ ਚ ਹੀ ਰਿਲੈਕਸ ਚੱਲੋਗੇ ਫਿਰ ਤੁਸੀਂ ਕੁਝ ਵੀ ਨਹੀਂ ਕਰ ਪਾਉਂਗੇ ਸਟਾਰਟਿੰਗ ਦੇ ਵਿੱਚ ਤੁਹਾਡੇ ਚ ਜੋਸ਼ ਹੋਣਾ ਜ਼ਰੂਰੀ ਆ ਤੁਸੀਂ ਫੈਮਿਲੀ ਦਾ ਬਾਰ ਬਾਰ ਜ਼ਿਕਰ ਕੀਤਾ ਹੈ ਕਿ ਤੁਸੀਂ ਉਹਨਾਂ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਸਮਝਦੇ ਹੋ ਕਿਉਂਕਿ ਲਾਈਫ ਦਾ ਇੰਪੋਰਟੈਂਟ ਹਿੱਸਾ ਹੈ ਤੁਸੀਂ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲੇ ਉਸ ਕਿਸਮ ਦਾ ਸਪੋਰਟ ਨਹੀਂ ਹੁੰਦਾ ਉਹਨਾਂ ਨੂੰ ਜ਼ਿਆਦਾ ਫਾਈਟ ਕਰਨੀ ਪੈਂਦੀ ਹੈ ਲੇਕਿਨ ਤੁਸੀਂ ਰਿਲੈਕਸ ਹੋ ਕੇ ਆਪਣਾ ਕੰਮ ਕਰ ਪਾਉਂਦੇ ਹੋ ਬਿਲਕੁਲ ਮੈਂ ਜਦੋਂ ਮੇਰੀ ਮੈਰਿਜ ਨਹੀਂ ਸੀ ਹੋਈ ਉਸ ਟਾਈਮ ਮੇਰੇ ਪੇਰੈਂਟਸ ਮੇਰੇ ਮਦਰ ਮੈਨੂੰ ਬਹੁਤ ਸਪੋਰਟ ਕਰਦੇ ਹੁੰਦੇ ਸੀ ਹਨਾ ਮੈਂ ਕਈ ਵਾਰੀ ਰਾਤ ਨੂੰ ਆਉਣਾ ਵਾਪਸ ਉਹਨਾਂ ਨੇ ਜਾਗਦੇ ਰਹਿਣਾ ਡੋਰ ਖੁੱਲਾ ਰੱਖਣਾ ਉਹਨਾਂ ਨੇ ਵੇਟ ਹੀ ਕਰੀ ਜਾਣੀ ਉਹਨਾਂ ਨੇ ਨੀਚੇ ਖੜੇ ਰਹਿਣਾ ਹਨਾ ਤੇ ਮੈਰਿਜ ਤੋਂ ਬਾਅਦ ਮੇਰੀ ਮੈਂ ਮਦਰ ਇਨ ਲਾ ਦੀ ਗੱਲ ਕਰਾਂ ਸੇਮ ਮੇਰੀ ਮੰਮੀ ਵਾਂਗੂ ਹੀ ਨੇ ਉਹ ਵੀ ਜਦੋਂ ਕਈ ਵਾਰੀ ਮੈਂ ਸਵੇਰ ਮਾਰਨਿੰਗ 4 ਵਜੇ ਜਾਣਾ ਹੁੰਦਾ ਤੇ ਮੈਨੂੰ ਉੱਠ ਕੇ ਪੁੱਛਣਗੇ ਚਾਹ ਬਣਾਦਾ ਨੀਸ਼ਾ ਤੇਰੇ ਲਈ ਬ੍ਰੇਕਫਾਸਟ ਪਰੌਠੇ ਲਾਦਾ ਤੇਰੇ ਲਈ ਉਹਨਾਂ ਨੂੰ ਮੈਂ ਫਿਰ ਸਮਝਾਉਣੀ ਆ ਮੰਮੀ ਮੈਂ ਜਿੱਥੇ ਸ਼ੂਟ ਤੇ ਜਾ ਰਹੀ ਹਾਂ ਉੱਥੇ ਸਾਡੇ ਲਈ ਸਾਰਾ ਕੁਝ ਹੁੰਦਾ ਸਾਡੇ ਲਈ ਬ੍ਰੇਕਫਾਸਟ ਬਣਿਆ ਹੁੰਦਾ ਸਾਨੂੰ ਪੁੱਛਦੇ ਨੇ ਤੁਸੀਂ ਖਾਣਾ ਕੀ ਆ ਫਿਰ ਵੀ ਕਿਤੇ ਨਾ ਕਿਤੇ ਉਹ ਇਸ ਚੀਜ਼ਾਂ ਨੂੰ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਹਨਾ ਤੇ ਜਦੋਂ ਮੈਂ ਜਾਨੀ ਆ ਵਾਪਸ ਮੈਂ ਜਿੰਨਾ ਮਰਜ਼ੀ ਖਾ ਪੀ ਕੇ ਜਾਵਾਂ ਫਿਰ ਵੀ ਉਹਨਾਂ ਨੂੰ ਹੁੰਦਾ ਚਲ ਤੋ ਉੱਥੇ ਤੱਕ ਹਾਈ ਘਰ ਦੀ ਚਾਹ ਬਣਾ ਦੇਨੀ ਆ ਤੇ ਆ ਦੰਨੀ ਆ ਤੇ ਮਤਲਬ ਮੈਂ ਲੱਕੀ ਆ ਕਿ ਜਿਵੇਂ ਦੀ ਮੇਰੀ ਮਦਰ ਸੀ ਉਵੇਂ ਦੀ ਹੀ ਮੇਰੀ ਮਦਰ ਇਨ ਲਾਉ ਮੈਨੂੰ ਮਿਲੀ ਆ ਤੇ ਮੇਰੇ ਫਾਦਰ ਇਨ ਲਾਉ ਨੂੰ ਇਸ ਲਾਈਨ ਦੇ ਨਾਲ ਬਹੁਤ ਇੰਟਰਸਟ ਆ ਫਿਰ ਮੈਨੂੰ ਪੁੱਛਦੇ ਰਹਿੰਦੇ ਅੱਛਾ ਸ਼ੂਟ ਸੀ ਅੱਛਾ ਕੀ ਸੀਨ ਸੀ ਕੌਣ ਕੌਣ ਸੀ ਫਿਰ ਥੋੜੇ ਕਿੰਨੇ ਰੀ ਟੇਕ ਹੁੰਦੇ ਆ ਉਹਨਾਂ ਨੂੰ ਇੰਟਰਸਟ ਆ ਤੇ ਜਦੋਂ ਤੁਹਾਡੀ ਫੈਮਿਲੀ سپورਟਿੰਗ ਹੋਵੇ ਨਾ ਫਿਰ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਰਹਿੰਦੀ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਮੰਨਣਾ ਹੈ ਜ਼ਿਆਦਾਤਰ ਲੋਕ ਕਹਿੰਦੇ ਆ ਕਿ ਸੇਮ profession ਦੇ ਵਿੱਚ ਵਿਆਹ ਨਾ ਕਰਾਓ opposit ਦੇ ਵਿੱਚ ਕਰਾਓ ਕੁਝ ਬੈਨੀਫਿਟ ਹੁੰਦੇ ਆ ਪਰ ਕੁਝ ਚੀਜ਼ਾਂ ਨੁਕਸਾਨਦੇ ਹੁੰਦੀਆਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਦੇਖੋ ਇਹ profession ਕਦੇ ਡਿਪੈਂਡ ਨਹੀਂ ਕਰਦਾ ਇਸ ਚੀਜ਼ ਨੂੰ ਲੈ ਕੇ ਤੁਹਾਡਾ ਲਾਈਫ ਪਾਰਟਨਰ ਕਰਦਾ ਹਨਾ ਕਈ ਵਾਰ ਕੀ ਹੁੰਦਾ ਵੀ ਸੇਮ ਤੁਸੀਂ ਕਰ ਲੈਨੇ ਹੋ ਫਿਰ ਤੁਹਾਡੀ ਦੋਨਾਂ ਦੀ ਲਾਈਫ ਇੰਨੀ ਇੱਕ ਡਿਸਟਰਬ ਹੋ ਜਾਂਦੀ ਆ ਵੀ ਤੁਸੀਂ ਲੜਾਈਆਂ ਹੋਣ ਲੱਗ ਜਾਂਦੀਆਂ ਜਾਂ ਤੁਸੀਂ ਅਲੱਗ-ਅਲੱਗ ਹੁੰਨੇ ਹੋ ਉੱਥੇ ਤੁਹਾਡੀ ਅੰਡਰਸਟੈਂਡਿੰਗ ਹੀ ਨਹੀਂ ਹੁੰਦੀ ਕਮ ਸੇ ਕਮ ਜਦੋਂ ਤੁਸੀਂ ਸੇਮ ਪ੍ਰੋਫੈਸ਼ਨ ਦੇ ਹੁੰਨੇ ਹੋ ਤੁਹਾਨੂੰ ਪਤਾ ਤਾਂ ਹੁੰਦਾ ਨਾ ਕਿ ਇਹ ਕਿੱਦਾਂ ਹੋਣਾ ਜੇ ਹੁਣ ਅਸੀਂ ਸੇਮ ਪ੍ਰੋਫੈਸ਼ਨ ਦੇ ਆ ਮੈਂ ਤੇ ਮੇਰੇ ਹਸਬੰਡ ਤਾਂ ਉਹਨਾਂ ਨੂੰ ਪਤਾ ਵੀ ਜੇ ਇਹ ਰਾਤ ਨੂੰ ਇੰਨੀ ਲੇਟ ਆ ਰਹੀ ਆ ਉਹ ਮੇਰੇ ਲਈ سپورਟਿੰਗ ਨਹੀਂ ਹਨਾ ਉਹ ਚੀਜ਼ ਲਈ ਹਾਂ ਵੀ ਉਹ ਮੇਰੀ ਕੇਅਰ ਕਰਦੇ ਆ ਵੀ ਠੀਕ ਐ ਥੱਕੀ ਹੋਈ ਆਈ ਆ ਨਹੀਂ ਤਾਂ ਕੋਈ ਹੋਰ ਪ੍ਰੋਫੈਸ਼ਨ ਅਗਲਾਗਾ ਅੱਛਾ ਤੈਨੂੰ ਜਿਆਦਾ ਕੰਮ ਐ ਮੈਂ ਨਹੀਂ ਕੰਮ ਕਰਕੇ ਆਇਆ ਉੱਥੇ ਪ੍ਰੋਬਲਮ ਆ ਜਾਂਦੀ ਉਹ ਮੈਟਰ ਕਰਦਾ ਹੈ ਤੁਹਾਡੇ ਲਾਈਫ ਪਾਰਟਨਰ ਦੇ ਉੱਪਰ ਹੁਣ ਤੱਕ ਤੁਸੀਂ ਜਿਹੜੇ ਵੀ ਕਿਰਦਾਰ ਨਿਭਾਏ ਹਨ ਉਹਨਾਂ ਦੇ ਵਿੱਚ ਇੱਕ ਬੇਬਾਕੀ ਸੀ ਜੋ ਆਪਣੀ ਗੱਲ ਕਹਿਣਾ ਜਾਣਦੇ ਸੀ ਲੇਕਿਨ ਤੁਹਾਨੂੰ ਪਰਸਨਲੀ ਐਜ਼ ਅ ਐਕਟ੍ਰੈਸ ਐਕਟਰ ਹੋਣ ਦੇ ਨਾਤੇ ਅਜਿਹਾ ਕੀ ਮਹਿਸੂਸ ਹੁੰਦਾ ਹੈ ਕਿ ਮੈਂ ਇਹ ਵੀ ਕਰ ਸਕਦੀ ਹਾਂ ਚਾਹੇ ਉਹ ਬਹੁਤ ਜ਼ਿਆਦਾ ਡੀਪਲੀ ਸਾਇਲੈਂਟ ਕਰੈਕਟਰਸ ਹੋਣ ਜਾਂ ਐਦਾਂ ਕਹਿ ਸਕਦੇ ਆ ਬਹੁਤ ਜ਼ਿਆਦਾ ਇਮੋਸ਼ਨਸ ਦੇ ਨੇੜੇ ਲੇਕਿਨ ਹਲੇ ਮੈਂ ਕਿਤੇ ਨਹੀਂ ਲੇਕਿਨ ਤੁਸੀਂ ਕਰਨ ਦੀ ਖਾਹਿਸ਼ਮੰਦ ਵੀ ਹੋ ਔਰ ਤੁਹਾਡੇ ਤੋਂ ਕਰਾਇਆ ਜਾਂਦਾ ਹੈ ਦੇਖੋ ਕੈਰੈਕਟਰ ਹਲੇ ਇਦਾਂ ਦੇ ਬਹੁਤ ਜ਼ਿਆਦਾ ਨਹੀਂ ਹਨਾ ਮੈਂ ਹੁਣ ਇੱਕ ਬਹੁਤ ਵਧੀਆ ਮੂਵੀ ਕਰ ਰਹੀ ਹਾਂ ਚਮਕੀਲਾ ਦਲਜੀਤ ਜੀ ਦੇ ਨਾਲ ਹੈ ਇਮਤੀਆਜ਼ ਅਲੀ ਡਾਇਰੈਕਟਰ ਨੇ ਮੇਰਾ ਇਹ ਡ੍ਰੀਮ ਪ੍ਰੋਜੈਕਟ ਆ ਕਿਉਂਕਿ ਮੈਂ ਇਮਤੀਆਜ਼ ਸਰ ਦੀ ਬਹੁਤ ਵੱਡੀ ਫੈਨ ਆ ਸ਼ੁਰੂ ਤੋਂ ਹੀ ਹਨਾ ਜਦੋਂ ਹੁਣ ਮੇਰੀ ਉਸ ਫਿਲਮ ਦੇ ਵੀ ਸਿਲੈਕਸ਼ਨ ਹੋਈ ਉਹ ਮੈਨੂੰ ਡ੍ਰੀਮ ਹੀ ਲੱਗਦਾ ਰਹਿੰਦਾ ਜਿੰਨੀ ਦੇਰ ਤੱਕ ਮੈਂ ਉਹ ਕਰਦੀ ਨਹੀਂ ਹਲੇ ਮੇਰਾ ਸ਼ੂਟ ਹੋਇਆ ਨਹੀਂ ਆ ਹੁਣ ਸਟਾਰਟ ਹੋ ਜਾਣਾ ਤੇ ਉਦੋਂ ਤੱਕ ਮੈਨੂੰ ਡ੍ਰੀਮ ਹੀ ਲੱਗਣਾ ਤੇ ਉਦਾਂ ਦੇ ਬਹੁਤ ਸਾਰੇ ਕੈਰੈਕਟਰ ਨੇ ਜਿਹੜੇ ਮੈਂ ਚਾਹਣੀ ਆ ਬਟ ਸਾਈਲੈਂਟ ਕੈਰੈਕਟਰ ਮੈਂ ਕਦੇ ਨਹੀਂ ਚਾਇਆ ਮੈਂ ਕਰਾਂ बिकॉज ਮੈਨੂੰ ਲੱਗਦਾ ਹੁੰਦਾ ਮੈਂ ਚੁੱਪ ਈ ਰਹਿ ਸਕਦੀ ਮੇਰੇ ਲਈ ਉਹ ਥੋੜਾ ਟਫ ਆ ਸੁਰਖੀ ਬਿੰਦੀ ਦੇ ਵਿੱਚ ਮੈਂ ਸੀਰੀਅਸ ਕੈਰੈਕਟਰ ਕਰਿਆ ਸੀ ਉਹ ਮੇਰਾ ਜਗਦੀਪ ਜੀ ਨੇ ਕਰਵਾਇਆ ਸੀ ਓਕੇ ਨੇਚਰ ਵਾਈਜ਼ ਮੈਂ ਸਾਈਲੈਂਟ ਨਹੀਂ ਆ ਮਤਲਬ ਜਿੱਦਾਂ ਦੇ ਆਫ ਕੈਮਰਾ ਉਦਾਂ ਦੇ ਔਨ ਕੈਮਰਾ ਬਿਲਕੁਲ ਤੋ ਇਹ ਬੈਸਟ ਚੀਜ਼ ਹੁੰਦੀ ਹੈ ਕਿਸੇ ਵੀ ਆਰਟਿਸਟ ਦੀ ਚਮਕੀਲਾ ਫਿਲਮ ਦੀ ਤੁਸੀਂ ਗੱਲ ਕੀਤੀ ਹੈ ਦਲਜੀਤ ਨਾਲ ਬਹੁਤ ਸਾਰੇ ਲੋਕ ਕੰਮ ਕਰਨ ਦੇ ਖਾਹਿਸ਼ਮੰਦ ਵੀ ਹੈ ਸਾਨੂੰ ਹੁਣ ਵੇਟ ਹੋਣੀ ਸ਼ੁਰੂ ਹੋ ਗਈ ਹੈ ਇਮਤੀਆਜ਼ ਅਲੀ ਉਹ ਇਨਸਾਨ ਨੇ ਜਿਨ੍ਹਾਂ ਦੀਆਂ ਫਿਲਮਾਂ ਦਾ ਥੀਮ ਹੁੰਦਾ ਹੈ ਕਿ ਥੋੜੀ ਜਿਹੜੀ ਲੜਾਈ ਹੈ ਸੋਸਾਇਟੀ ਨਾਲ ਐ ਇੰਡੀਵਿਜੂਅਲੀ ਸੋ ਉਸ ਫਿਲਮ ਦੇ ਵਿੱਚਲੇ ਕਰੈਕਟਰ ਬਾਰੇ ਤੇ ਮੈਂ ਨਹੀਂ ਜ਼ਿਆਦਾ ਪੁੱਛੂੰਗੀ ਲੇਕਿਨ ਜਦੋਂ ਸੁਨਿਆ ਸੀਗਾ ਕਿ ਮੈਂ ਉਸ ਦਾ ਹਿੱਸਾ ਉਹ ਕੀ ਫੀਲਿੰਗ ਸੀਗੀਆਂ ਕਿ ਵਾਕਈ ਰਾਤ ਨੂੰ ਸੋ ਗਏ ਸੀ ਮੈਂ ਐਕਚੁਅਲੀ ਉਸ ਟਾਈਮ ਲੰਡਨ ਸੀ ਜਦੋਂ ਮੈਨੂੰ ਉਹਨਾਂ ਦੀ ਪ੍ਰੋਡਕਸ਼ਨ ਦੇ ਵਿੱਚੋਂ ਕਾਲ ਆਈ ਤੇ ਉਹ ਬਾਰ-ਬਾਰ ਫੋਨ ਕਰ ਰਹੇ ਸੀ ਤੁਸੀਂ ਇੰਡੀਆ ਕਦੋਂ ਆਣਾ ਤੁਸੀਂ ਇੰਡੀਆ ਕਦੋਂ ਆਣਾ ਮੈਨੂੰ ਲੱਗਦਾ ਸੀ ਐਵੇਂ ਹੀ ਕਰ ਰਹੇ ਨੇ ਥੈਨ ਮੈਂ ਜਦੋਂ ਦਿੱਲੀ ਤੋਂ ਚੰਡੀਗੜ੍ਹ ਆਈ ਤਾਂ ਮੈਨੂੰ ਉਦੋਂ ਹੀ 10 ਕਾਲਸ ਆ ਗਈਆਂ ਕਿ ਇਮਤੀਆਜ਼ ਸਰ ਕੇ ਸਾਥ ਆਪਕੀ ਮੀਟਿੰਗ ਹੈ ਤੇ ਮੈਨੂੰ ਉਹ ਡ੍ਰੀਮ ਲੱਗ ਰਿਹਾ ਸੀ ਤੇ ਜਦੋਂ ਮੈਂ ਚੰਡੀਗੜ੍ਹ ਆਈ ਤੇ ਵਾਕਈ ਮੈਂ ਜਦੋਂ ਉਹਨਾਂ ਨੂੰ ਦੇਖਿਆ ਉਹ ਜਿਹੜਾ ਔਰਾ ਸੀ ਜਦੋਂ ਉਹ ਸਾਹਮਣੇ ਬੈਠੇ ਮੈਨੂੰ ਕਰ ਰਹੇ ਸੀ ਉਹ ਮਤਲਬ ਮੈਨੂੰ ਕਲੀਅਰ ਕਰ ਰਹੇ ਸੀ ਆਪਕੋ ਹਮਨੇ ਇਹ ਕਰਾਣਾ ਹੈ ਆਪਕੀ ਹਮੇ ਇਹ ਚੇਂਜ ਕਰਨੀ ਹੈ ਆਪਕਾ ਉਹ ਹੈ ਤੇ ਮੈਨੂੰ ਸਾਰਾ ਕੁਝ ਡ੍ਰੀਮ ਲੱਗ ਰਿਹਾ ਸੀ ਮੈਨੂੰ ਲੱਗ ਹੀ ਨਹੀਂ ਸੀ ਰਹਾ ਇਹ ਸੱਚ ਹੈ ਫਿਰ ਚਲੋ ਮੇਰੀ ਮੀਟਿੰਗ ਉਹ ਮੈਨੂੰ ਉਦੋਂ ਵੀ ਇਦਾਂ ਹੀ ਲੱਗਿਆ ਬਾਅਦ ਦੇ ਵਿੱਚ ਫਿਰ ਮੈਂ ਬੰਬੇ ਗਈ ਲੁੱਕ ਟੈਸਟ ਲਈ ਜਿੱਥੇ ਮੇਰਾ ਫਾਈਨਲ ਹੋਇਆ ਉਸ ਟਾਈਮ ਮੈਂ ਏਅਰ ਰਹਿਮਾਨ ਜੀ ਦੇ 뮤직 ਦੇ ਵਿੱਚ ਗਾਣੇ ਗਾਏ ਤੇ ਉਹ ਮੇਰੇ ਲਈ ਸਾਰਾ ਕੁਝ ਡ੍ਰੀਮ ਹੀ ਸੀ ਮਤਲਬ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਇਦਾਂ ਮੇਰੀ ਲਾਈਫ ਦੇ ਵਿੱਚ ਹੋ ਰਿਹਾ ਹੈ ਕਲਚਰ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕਰਨਾ ਉਸ ਤੋਂ ਬਾਅਦ ਟਾਈਮ ਹੈ ਤੁਹਾਨੂੰ ਕਿਹਾ ਕਿ ਤੁਸੀਂ ਮਲਟੀ ਟੈਲੈਂਟਡ ਹੋ ਕੋਈ ਵੀ ਕਰੈਕਟਰ ਹੋਵੇ ਚਾਹੇ ਸਿੰਗਿੰਗ ਹੋਵੇ ਚਾਹੇ ਸਟੇਜ ਪਰਫਾਰਮੈਂਸ ਹੋਵੇ ਹਰ ਇੱਕ ਚੀਜ਼ ਨੂੰ ਪਰਫੈਕਟਲੀ ਪਲੇ ਕਰ ਰਹੇ ਹੋ ਕੁਝ ਅਜੇਹਾ ਤੁਹਾਡਾ ਕੋਈ ਅਜੇਹਾ ਟੈਲੈਂਟ ਜੋ ਅਸੀਂ ਹਲੇ ਵੀ ਨਹੀਂ ਦੇਖਿਆ ਨਹੀਂ ਮੈਨੂੰ ਲੱਗਦਾ ਬਹੁਤ ਕੁਝ ਹੈ ਬਹੁਤ ਕੁਝ ਤੁਸੀਂ ਦੇਖ ਲਿਆ ਮੈਂ ਚੰਗੀ ਕੋਕਾਂ ਦੇਖੋ ਦੇ ਸੈਕਿੰਡ ਮੈਂ ਗਾ ਲੈਂਦੀ ਆ ਮੈਂ ਐਕਟਿੰਗ ਕਰਦੀ ਆ ਤੇ ਹੋਰ ਮੇਰੇ ਚੀਕੀ ਟੈਲੈਂਟ ਮੈਂ ਸਫਾਈ ਬਹੁਤ ਜ਼ਿਆਦਾ ਰੱਖਦੀ ਆ ਹਨਾ ਤੇ ਹੋਰ ਮੈਂ ਸ਼ੋਪਿੰਗ ਬਹੁਤ ਜ਼ਿਆਦਾ ਕਰਦੀ ਆ ਮੈਂ ਟਰੈਵਲ ਤੋਂ ਥੋੜਾ ਜਿਹਾ ਬਚਦੀ ਆ ਮੈਨੂੰ ਟਰੈਵਲ ਪਸੰਦ ਨਹੀਂ ਆ ਤੇ ਪੜਨਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਮੈਂ ਬੁੱਕਸ ਵਗੈਰਾ ਨਹੀਂ ਪੜ ਸਕਦੀ 뮤직 ਸੁਣਨਾ ਪਸੰਦ ਆ ਮੈਨੂੰ ਇਹ ਬਸ ਇਹੀ ਸ਼ੌਂਕ ਨੇ ਮੇਰੇ ਇਦਾਂ ਦਾ ਕੁਝ ਹੈ ਨਹੀਂ ਹੈ ਜਿਹੜਾ ਲੋਕਾਂ ਨੂੰ ਨਹੀਂ ਪਤਾ ਸਾਰਾ ਕੁਝ ਹੀ ਪਤਾ ਹੈ ਮੀਨਸ ਤੁਸੀਂ ਜੋ ਵੀ ਹੁਣ ਤੱਕ ਅਚੀਵ ਕੀਤਾ ਹੈ ਜਾਂ ਜਿੰਨਾ ਵੀ ਗਰੋ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਆਬਜ਼ਰਵ ਕਰਦੇ ਹੋ ਉਹਨਾਂ ਨੂੰ ਜਜ ਕਰਦੇ ਹੋ ਤਾਂ ਤੁਹਾਨੂੰ ਇਹੋ ਜਿਹੇ ਐਕਸਪੀਰੀਐਂਸਿਸ ਵੀ ਹੋਏ ਹੋਣਗੇ ਜਿਹੜੇ ਲੱਗਿਆ ਹੋਊਗਾ ਕਿ ਸੀਰੀਅਸਲੀ ਦੁਨੀਆ ਦੇ ਵਿੱਚ ਇਹ ਸਭ ਕੁਝ ਵੀ ਹੁੰਦਾ ਹੈ ਕੁਝ ਅਜੀਬਾ ਨਹੀਂ ਇਦਾਂ ਦਾ ਕੁਝ ਨਹੀਂ ਆ ਕਿਉਂਕਿ ਮੈਂ ਸਾਰਾ ਕੁਝ ਪ੍ਰੈਕਟੀਕਲ ਦੇ ਵਿੱਚ ਜ਼ਿਆਦਾ ਬਲੀਵ ਕਰਦੀ ਆ ਪ੍ਰੈਕਟੀਕਲ ਕਰਕੇ ਹਨਾ ਮੈਨੂੰ ਵਧੀਆ ਲੱਗਦਾ ਜੋ ਵੀ ਕੁਝ ਕਰਨਾ ਹੈ ਤੇ ਜਿਹੜੀਆਂ ਵੀ ਇਦਾਂ ਦੀਆਂ ਚੀਜ਼ਾਂ ਮੈਨੂੰ ਲੱਗਦਾ ਮੈਂ ਫੇਸ ਕੀਤੀਆਂ ਹੀ ਹੋਈਆਂ ਨੇ ਕੋਈ ਅਜਿਹਾ ਕੰਪਲੀਮੈਂਟ ਜੋ ਤੁਹਾਨੂੰ ਇਸ ਲਈ ਯਾਦ ਰਹੇਗਾ ਕਿਉਂਕਿ ਉਸ ਪਰਸਨ ਨੇ ਪਹਿਲਾਂ ਤੁਹਾਡੇ ਟੈਲੈਂਟ ਨੂੰ ਜਾਂ ਤੁਹਾਨੂੰ ਅੰਡਰਐਸਟੀਮੇਟ ਕੀਤਾ ਲੇਕਿਨ ਉਸ ਤੋਂ ਬਾਅਦ ਤੁਹਾਡੀ ਤਾਰੀਫ਼ ਕੀਤੀ ਬਹੁਤ ਜ਼ਿਆਦਾ ਹੁਣ ਇੱਕਦਮ ਮੈਂ ਨਾਂ ਤਾਂ ਨਹੀਂ ਲੈ ਸਕਦੀ ਬਟ ਇਹ ਚੀਜ਼ਾਂ ਮੈਂ ਬਹੁਤ ਜ਼ਿਆਦਾ ਫੇਸ ਕੀਤੀਆਂ ਨੇ ਹਨਾ ਤੇ ਹੁਣ ਤੱਕ ਫੇਸ ਕਰਦੀ ਆ ਈਵਨ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਕਿ ਜਿਹੜੇ ਤੁਹਾਡੀ ਕਾਬਲੀਅਤ ਦੇ ਉੱਪਰ ਬਲੀਵ ਨਹੀਂ ਕਰਦੇ ਬਟ ਜਦੋਂ ਕੋਈ ਹੋਰ ਉਹ ਚੀਜ਼ ਕਰਦਾ ਜਦੋਂ ਤੁਸੀਂ ਉੱਪਰ ਜਾਂਦੇ ਹੋ ਫੇਰ ਉਹ ਤੁਹਾਨੂੰ ਆ ਕੇ ਕਹਿੰਦੇ ਵੀ ਹਾਂ ਮੈਂ ਤੈਨੂੰ ਪਹਿਲੀ ਕਿਹਾ ਸੀ ਨਾ ਵੀ ਤੂੰ ਇਦਾਂ ਇਦਾਂ ਕਰਕੇ ਕਰਨਾ ਉਹ ਚੀਜ਼ਾਂ ਮੈਂ ਹੁਣ ਤੱਕ ਫੇਸ ਕਰ ਰਹੀ ਆ ਠੀਕ ਹੈ ਔਰ ਇਹ ਕਹਿ ਸਕਦੇ ਆ ਇੱਕ ਕਾਮਯਾਬ ਔਰਤ ਦੇ ਪਿੱਛੇ ਇੱਕ ਮਰਦ ਦਾ ਹੱਥ ਹੁੰਦਾ ਬਿਲਕੁਲ ਹੁੰਦਾ ਜਦੋਂ ਇੱਕ ਮਰਦ ਦੇ ਪਿੱਛੇ ਆਪਾਂ ਕਹਿ ਸਕਦੇ ਹਾਂ ਤਾਂ ਫਿਰ ਔਰਤ ਦੇ ਪਿੱਛੇ ਕਿਉਂ ਨਹੀਂ ਹੋਏਗਾ ਮੈਨੂੰ ਮਤਲਬ ਮੇਰੇ ਘਰ ਚੋਂ ਕੱਢਣ ਵਾਲੇ ਸਮੀਰ ਨੇ ਜਦੋਂ ਮੈਂ ਪਹਿਲੀ ਵਾਰੀ ਚੰਡੀਗੜ੍ਹ ਆਈ ਸੀ ਤੇ ਇਸ ਲਾਈਨ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਸਮੀਰ ਵੱਲੋਂ ਮਤਲਬ ਹਾਲਾਂਕਿ ਹੈ ਮੇਰੇ ਤੋਂ ਛੋਟੇ ਕੰਮ ਜ਼ਿਆਦਾ ਮੈਂ ਕੀਤਾ ਬਟ ਐਕਸਪੀਰੀਅੰਸ ਵਾਈਜ਼ ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਵੀ ਇਦਾਂ ਨਹੀਂ ਆ ਚੀਜ਼ ਇਦਾਂ ਕਰਨੀ ਆ ਚੀਜ਼ ਇਦਾਂ ਕਰਨੀ ਆ ਈਵਨ ਮੈਂ ਮੈਨੂੰ ਜਦੋਂ ਕੋਈ ਵੀ ਕਾਲ ਆਉਂਦੀ ਹੈ ਕੋਈ ਮੂਵੀ ਲਈ ਕੋਈ ਗਾਣੇ ਲਈ ਮੈਂ ਹਮੇਸ਼ਾ ਅਗਲੇ ਨੂੰ ਹੋਲਡ ਤੇ ਰੱਖ ਕੇ ਸਮੀਰ ਨਾਲ ਗੱਲ ਕਰਦੀ ਹਾਂ ਇਦਾਂ ਦਾ ਕਰਕੇ ਹੋਇਆ ਆਪਾਂ ਕਰਨਾ ਹੈ ਆਪਾਂ ਕੀ ਕਰਨਾ ਹੈ ਸੂ ਮੈਂ ਮੰਨਦੀ ਆ ਕਿ ਮੇਰੀ ਕਾਮਯਾਬੀ ਦੇ ਪਿੱਛੇ ਜ਼ਮੀਰ ਦਾ ਹੱਥ ਹੈ ਸ਼ੂਟ ਹੁਣ ਤੁਸੀਂ ਹਰ ਜਗ੍ਹਾ ਤੇ ਕਰਦੇ ਹੋ ਚਾਹੇ ਆਪਾਂ ਬਾਹਰ ਦੀ ਗੱਲ ਕਰੀਏ ਚਾਹੇ ਇੱਥੇ ਕਈ ਕਦੀ ਕਿਸੇ ਟਾਈਮ ਕੋਈ ਚੀਜ਼ ਡ੍ਰੀਮ ਚ ਸੀਗੀ ਕਿ ਮੈਂ ਇਸ ਲੋਕੇਸ਼ਨ ਤੇ ਜਾ ਕੇ ਜ਼ਰੂਰ ਸ਼ੂਟ ਕਰਨਾ ਹੈ ਬਾਹਰ ਦੀ ਅਗਰ ਮੈਂ ਗੱਲ ਕਰਾਂ ਉਹ ਹਲੇ ਗਈ ਨਹੀਂ ਆ ਮੈਂ ਸਵਿਟਜ਼ਰਲੈਂਡ ਜਾਣਾ ਚਾਹਣੀ ਆ ਤੇ ਉੱਥੇ ਮੈਂ ਹਲੇ ਗਈ ਨਹੀਂ ਆ ਤੇ ਬਾਕੀ ਫੋਰਨ ਮੈਂ ਸਾਰੇ ਕਿਤੇ ਜਾਈ ਬਟ ਮੈਂ ਮੈਂ ਸੀਰੀਅਸਲੀ ਓਨੈਸਟ ਹੋ ਕੇ ਦੱਸਦੀ ਆ ਕਿ ਮੈਂ ਫੋਰਨ ਦੀ ਸ਼ੂਟਿੰਗ ਇੰਨੀ ਜ਼ਿਆਦਾ ਇੰਜੋਏ ਨਹੀਂ ਕਰਦੀ ਮੈਨੂੰ ਇੰਡੀਆ ਦੀ ਹੀ ਜ਼ਿਆਦਾ ਚੰਗੀ ਲੱਗਦੀ ਆ ਸ਼ੂਟ ਕਰਨਾ ਬਿਕੋਜ਼ ਮੈਂ ਸਮ ਟਾਈਮ ਥੋੜੇ ਟਾਈਮ ਬਾਅਦ ਬੋਰ ਹੋ ਜਾਂਦੀ ਆ ਬਾਹਰ ਜਾ ਕੇ ਤੇ ਬਟ ਇਹ ਵੀ ਕੰਮ ਹੈ ਕਰਨਾ ਪੈਂਦਾ ਤੇ ਮੈਂ ਲੱਕੀ ਆ ਜਿਹੜੀ ਮੈਂ ਸਾਰੇ ਕਿਤੇ ਜਾ ਚੁੱਕੀ ਆ ਮੈਂ ਘੁੰਮਦੀ ਫਿਰਦੀ ਆ ਹਨਾ ਤੇ ਡ੍ਰੀਮ ਜਿਹੜਾ ਉਹ ਹਲੇ ਕਿ ਨੀਸ਼ਾ ਵਾ ਨੂੰ ਆਪਣੇ ਨਾਲ ਘਰ ਦਾ ਫੂਡ ਲੈ ਕੇ ਆਉਂਦੇ ਆ ਜਾਂ ਫਿਰ ਔਨ ਸੈੱਟ ਜੋ ਵੀ ਮਿਲਦਾ ਹੈ ਸ਼ੂਟਿੰਗ ਦਾ ਖਾਣਾ ਟਰਾਈ ਕਰ ਲੈਂਦੇ ਆ ਫੂਡ ਲੈ ਕੇ ਆਪਣੇ ਲਈ ਨਹੀਂ ਆਉਂਦੀ ਬਾਕੀਆਂ ਲਈ ਲੈ ਕੇ ਆਉਣੀ ਆ ਅੱਜ ਵੀ ਤੁਸੀਂ ਆ ਪਿੱਛੇ ਇਧਰ ਡੋਲੂ ਚਾਕੇ ਦਿਖਾਓ ਮਾੜਾ ਜਿਹਾ ਕੈਮਰੇਜ ਕੀ ਲੈ ਕੇ ਆ ਸ਼ਾਂਤੀ ਦਾ ਡੋਲੂ ਆ ਇਹ ਚਿਕਨ ਦਾ ਭਰ ਕੇ ਲੈ ਕੇ ਆਈ ਸੀਗੀ ਸਵੇਰ 8 ਵਜੇ ਮੈਂ ਉੱਠੀ ਮੈਂ ਸਾਰਿਆਂ ਲਈ ਚਿਕਨ ਬਣਾਇਆ 11 ਵਜੇ ਦਾ ਮੇਰਾ ਕਾਲ ਟਾਈਮ ਸੀ ਤੇ ਹੁਣ ਇਹ ਸਾਰਾ ਖਾ ਕੇ ਖਾਲੀ ਕਰਕੇ ਮੈਨੂੰ ਬਾਕੀਆਂ ਨੇ ਭੇਜਿਆ ਮੈਂ ਹਲੇ ਇਹਦੇ ਚ ਕੁਝ ਨਹੀਂ ਖਾਧਾ ਵਾਹ ਕੀ ਬਾਤ ਹੈ ਚਲੋ ਮੰਨ ਲਿਆ ਤੁਹਾਡਾ ਇਹ ਵੀ ਟੈਲੈਂਟ ਔਰ ਖੁਦ ਤੁਸੀਂ ਕੀ ਖਾਣੇ ਹੋ ਫਿਰ ਮੈਂ ਜਿਹੜਾ ਕੁਝ ਵੀ ਦਿਲ ਕਰੇ ਖਾ ਲੈਂਦੀ ਆ ਵੈਸੇ ਤੇ ਇਦਾਂ ਲੱਗ ਰਿਹਾ ਕਿ ਡਾਈਟਿੰਗ ਤੇ ਜ਼ਿਆਦਾ ਚੱਲ ਰਹੀ ਆ ਮਤਲਬ ਬਹੁਤ ਜ਼ਿਆਦਾ ਨਹੀਂ ਖਾਂਦੀ ਹੈਗੀ ਕਿਉਂਕਿ ਜਦੋਂ ਆਪਾਂ ਬਹੁਤ ਜ਼ਿਆਦਾ ਚੀਜ਼ ਖਾਂਦੇ ਆ ਉਹ ਤੁਹਾਡੇ ਲਈ ਖਰਾਬ ਹੁੰਦੀ ਆ ਤੁਸੀਂ ਥੋੜੀ ਥੋੜੀ ਚੀਜ਼ ਖਾਣਿਓ ਛੋਟੀਆਂ ਛੋਟੀਆਂ ਮੀਲ ਲੈਣਿਓ ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਲਾਸਟ ਕੁਐਸਚਨ ਐਜ਼ ਅ ਐਕਟਰਸ ਆਪਣੇ ਆਪ ਨੂੰ ਤਰੋ ਤਾਜ਼ਾ ਰੱਖਣ ਲਈ ਨੀਸ਼ਾ ਬਾਨੋ ਕੀ ਸਪੈਸ਼ਲ ਕਰਦੇ ਆ ਕੁਝ ਨਹੀਂ ਮਸਤ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਆ ਸੌਂਨੀ ਆ ਚੰਗੀਆਂ ਚੀਜ਼ਾਂ ਸੁਣਦੀ ਆ ਹਨਾ ਤੇ ਸੋਸ਼ਲ ਮੀਡੀਆ ਤੋਂ ਥੋੜਾ ਜਿਆਦਾ ਦੂਰ ਰਹਿਣੀ ਆ ਮੇਰੀ ਕਈ ਵਾਰੀ ਸਮੀਰ ਨਾਲ ਵੀ ਇਸ ਗੱਲ 'ਤੇ ਲੜਾਈ ਹੁੰਦੀ ਆ ਸੋ ਬਸ ਬਟ ਕਿ ਉਹ ਨਾ ਸੋਸ਼ਲ ਮੀਡੀਆ ਦੇਖਣ ਲੱਗ ਜਿੰਦੀ ਮੈਂ ਕਹਣੀ ਆ ਵੀ ਪਰੇ ਕਰੋ ਆਪਣਾ ਮਾਈਂਡ ਰਿਲੈਕਸ ਕਰੋ ਹੈਨਾ ਸੋ ਜਦੋਂ ਫ੍ਰੀ ਹੁੰਨੀ ਆ ਰੱਬ ਦਾ ਨਾਮ ਲੈਂਨੀ ਆ ਪ੍ਰੇਅਰ ਕਰਦੀ ਆ ਤੇ ਬਾਕੀ ਬਸ ਫੈਮਲੀ ਨਾਲ ਖੁਸ਼ ਰਹਿੰਦੀ ਆ ਥੈਂਕ ਯੂ ਸੋ ਮੱਚ ਐਂਡ ਬੈਸਟ ਬੈਸਟ ਵਿਸ਼ੇਸ ਇਸ ਪ੍ਰੋਜੈਕਟ ਲਈ ਥੈਂਕ ਯੂ ਸੋ ਮੱਚ ਸੋ ਇਸਨ ਸਾਡੇ ਨਾਲ ਨੀਸ਼ਾ ਬਾਨੋ ਜਿਨ੍ਹਾਂ ਨੇ ਆਪਣੀ ਫਿਲਮ ਵਿੱਚਲੇ ਇਸ ਕਿਰਦਾਰ ਬਾਰੇ ਸਾਨੂੰ ਬੇਸ਼ੱਕ ਜ਼ਿਆਦਾ ਨਹੀਂ ਦੱਸਿਆ ਲੇਕਿਨ ਉਮੀਦ ਕਰ ਸਕਦੇ ਹਾਂ ਕਿ ਇਸ ਵਿੱਚ ਵੀ ਕੁਝ ਨਾ ਕੁਝ ਉਹਨਾਂ ਦਾ ਯੂਨੀਕ ਜੋ ਹਮੇਸ਼ਾ ਆਪਣੇ ਕਿਸੇ ਕੈਰੇਕਟਰ ਚਪਾਉਂਦੇ ਆ ਸੀ ਜ਼ਰੂਰ ਦੇਖਾਂਗੇ